Abi, Aydra ya. I'm on the street. Okay. Badla police jehdi sadni. Aa chalya jatt kuriya agle bar. ਦੇਖੋ ਜੀ ਆਪਾਂ ਆਦੀ ਗੱਡੀ ਕੋਲੇ ਪਹੁੰਚ ਗਏ ਆ ਰਾਤ ਪੂਰੀ ਜੱਜੋ-ਜੱਦ ਹੋਈ ਇੱਥੇ ਗੱਡੀ ਦਾ ਰਾਤ ਲੋਕ ਉਹਕੋ ਸੁੱਖ ਨੇ ਥੋੜੀ ਲਿਆ ਸੀਏ ਵਾਲੇ ਆ ਉਹ ਟੋ ਕਰਦੇ ਆ ਗੱਡੀ ਟੋ ਕਰਕੇ ਲੈ ਕੇ ਜਾਣਗੇ ਉਹ ਮੇਰੀ ਟੋ ਕਰਨ ਤੋਂ ਬਾਅਦ ਉਹ ਸ਼ਵਰਲੇ ਵਾਲਿਆਂ ਨੇ ਛੱਡਣਗੇ ਉਹਨਾਂ ਨੇ ਮੈਨੂੰ ਚਾਬੀ ਬਣਾ ਕੇ ਦੇਣੀ ਹੈ ਚਾਬੀ ਬਣਾਉਣ ਤੋਂ ਪਹਿਲਾਂ ਉਹ ਮੇਰੀ ਕਾਰ ਦੀ ਪ੍ਰੋਗਰਾਮਿੰਗ ਕਰਨਗੇ ਪ੍ਰੋਗਰਾਮਿੰਗ ਦੇ $120 ਲੈਣਗੇ ਉਦੋਂ ਬਾਅਦ $60 ਉਹ ਮੇਰੇ ਤੋਂ ਚਾਬੀ ਦੇ ਲੈਣੇ ਸਿਰਫ ਚਾਬੀ ਗੁੰਮੀ ਹੈ ਇੰਨੇ ਪੈਸੇ ਲੱਗ ਰਹੇ ਮੇਰੇ ਸੀਏ ਵਾਲੇ ਇਹਨਾਂ ਨੇ ਮੈਨੂੰ ਕਾਰਡ ਬਣਾ ਕੇ ਦੇ ਦੇਣਾ ਉਹਦੇ ਵਿੱਚ ਮੈਨੂੰ $80 ਭਰਨੇ ਪੈਂਦੇ ਆ ਇੱਕ ਸਰਵਿਸ ਤਾਂ ਮੈਂ ਹੁਣ ਲੈ ਲਈ ਹਨਾ ਉਦੋਂ ਬਾਅਦ ਦੋ ਸਰਵਿਸਾਂ ਫ੍ਰੀ ਆ 10 ਕਿਲੋਮੀਟਰ ਦੇ ਅੰਦਰ ਅੰਦਰ ਜੇ ਤੁਹਾਡੀ ਗੱਡੀ ਨੂੰ ਕੁਛ ਵੀ ਹੁੰਦਾ ਟੋ ਕਰਕੇ ਮੈਨੂੰ ਆਹ ਠੀਕ ਲੱਗਿਆ ਤੇ ਆਪਾਂ ਇੱਧਰ ਥੋੜੇ ਪੈਸੇ ਵੱਧ ਭਰਤੇ ਕਿ ਹੁਣ ਮੈਂ ਫੋਨ ਲਾਇਆ ਉਹ ਕਿਵੇਂ ਟਾਈਮ ਦਿੱਤਾ ਹੋਇਆ ਉਹ ਮੈਂ ਤੁਹਾਨੂੰ ਖਾਣਾ ਕਿਵੇਂ ਟਾਈਮ ਦਿੱਤਾ ਵੀ 2 ਵਜੇ ਆ ਜਾਏਗਾ ਪਰ 2:25 ਹੋ ਗਏ ਆਏ ਨਹੀਂ ਹੈਗੇ ਹੁਣ ਮੈਂ ਉਹਨਾਂ ਨੂੰ ਫੋਨ ਲਾਇਆ ਸੀ ਉਹ ਕਹਿੰਦੇ ਵੀ ਟ੍ਰੈਫਿਕ ਹੈ 10 ਮਿੰਟਾਂ ਤੱਕ ਆਉਣੇ ਆ ਗਿਆ ਫੋਨ ਉਹਨਾਂ ਨੇ ਆਮ ਔਨ ਦ ਸਟਰੀਟ ਮੈਨੂੰ ਕਹਿੰਦੇ ਸੀ ਰੈਗੂਲਰ ਜਿਹੜਾ ਟੋ ਟਰੱਕ ਹੁੰਦਾ ਉਹਦੇ ਨਾਲ ਤੁਸੀਂ ਓਕੇ ਹੋ ਮੈਂ ਕਿਹਾ ਠੀਕ ਹੈ ਜੀ ਤੁਸੀਂ ਘਾਲ ਦਿਓ ਕਿਹਨਾਂ ਸਾਡੀ ਗੱਡੀ ਪਹੁੰਚਦੀ ਕਰ ਦਿਓ ਇੱਥੇ ਮੈਂ ਆਪਣੀ ਗੱਡੀ ਇੱਥੇ ਪਹੁੰਚਦੀ ਕਰਨਗੇ ਥੋੜੇ ਟਾਈਮ ਤੱਕ ਆਉਂਦੇ ਰੁਲਾ ਜਿਹਾ ਪਿਆ ਅੱਜ ਮੈਂ 5 ਵਜੇ ਪਿਆ ਮੈਂ ਰਾਤ ਕੰਮ ਤੋਂ ਆਇਆ ਕੰਮ ਤੋਂ ਆ ਕੇ ਮੈਂ ਨਹਾ ਧੋ ਕੇ ਨਹਾਤਾ ਪਰ ਮੈਂ ਆ ਗਏ ਆਪਣੇ ਟੋ ਵਾਲੇ ਉਹ ਮਗਰ ਟੋ ਵਾਲਾ ਜਿਹੜਾ ਸਾਹਮਣੇ ਘਰ ਨਹੀਂ ਗੋਰਾ ਆ ਗਿਆ ਮੇਰੇ ਕੋਲ ਮੈਨੂੰ ਕਹਿੰਦਾ ਇੱਥੇ ਹੀ ਕਰ ਲਾ ਤੂੰ ਮੈਂ ਪੁਲਿਸ ਵਾਲੇ ਸੱਦਣ ਲੱਗਿਆ ਮੈਂ ਘੰਟਾ ਹੋਇਆ ਤੈਨੂੰ ਵੇਂਦੇ ਨੂੰ ਗੋਰੇ ਬਈ ਮੇਰੀ ਚਾਬੀ ਗਵਾਚ ਗਈ ਗੱਡੀ ਦੀ ਮੈਂ ਇੱਥੇ ਟੋ ਵਾਲਾ ਸੱਦਾ ਉਹ ਗੋਰਿਆ ਨਿਕਲ ਬਾਹਰ ਉਹਦੇ ਜੱਟ ਟੋ ਕਰਾਈ ਜਾਂਦਾ ਸੱਦ ਲਾ ਪੁਲਿਸ ਜਿਹੜੀ ਸੱਦਣੀ ਲਾਈਟਾਂ ਲਾ ਦੀਆਂ ਬਾਈ ਝੂਟੇ ਦੇ ਰਿਹਾ ਆਪਣੀ ਰਾਣੀ ਸੁੰਦਰ ਨੂੰ ਮੈਂ ਤਾਂ ਫਰੈਂਡ ਨੂੰ ਕਾਲ ਕਰ ਲਈ ਸੀ ਬਾਈ ਮੈਨੂੰ ਲੈਣ ਆ ਗਿਆ ਆ ਬਾਈ ਦੀ ਗੱਡੀ ਹੈ ਮੈਂ ਹੁਣ ਬਾਈ ਦੇ ਨਾਲ ਚੱਲਿਆ ਮੈਨੂੰ ਕਹਿੰਦਾ ਮੈਂ ਤਾਂ ਪੁਲਿਸ ਸੱਦਣ ਲੱਗਿਆ ਆ ਚੱਲਿਆ ਜੱਟ ਗੋਰਿਆ ਨਿਕਲ ਬਾਹਰ ਆਪਣੀ ਰਾਣੀ ਸੁੰਦਰਾ ਪੂਰੇ ਝੂਟੇ ਲੈ ਰਹੀ ਹੈ ਇਹਨੂੰ ਐ ਨਹੀਂ ਪਤਾ ਇਹਤੇ ਕਿੰਨੇ ਪੈਸੇ ਲੱਗ ਗਏ ਇਹਨੂੰ ਸ਼ਰਮ ਕਰਨੀ ਚਾਹੀਦੀ ਹੈ ਉਹੀ ਚਾਬੀ ਗਵਾ ਕੇ ਤੀਜੇ ਦਿਨ ਚਾਬੀ ਗਵਾ ਲੈਂਦੀ ਹੈ ਆਪਦੀ ਜਾਂਦੀ ਵਿਚਾਰੀ ਓਹੋ ਇੰਡੀਕੇਟਰ ਵੇਖੋ ਐ ਜਾਗਦੇ ਜੀ ਇਹਦੇ ਸ਼ੈਵਰਲੇ ਵਾਲਿਆਂ ਦੇ ਆ ਗਿਆ ਮੈਂ ਅੰਦਰ ਜਾਣਾ ਚਾਬੀ ਜਿਹੜੀ ਉਹ ਬਣਾਉਣੀ ਹੈ ਕੰਮ ਕਰਦੇ ਆ ਜੀ ਘਰੇ ਆਪਾਂ ਆ ਗਏ ਆ ਤੇ ਮੈਂ ਚਾਬੀਆਂ ਬਣਾਉਣੀਆਂ ਤੇ ਮੇਰਾ $400 ਦੇ ਅਰਾਊਂਡ ਖਰਚਾ ਹੋ ਗਿਆ ਸਿਰਫ ਆ ਚਾਬੀਆਂ ਬਣਾਉਣ ਤੇ ਸਿਰਫ ਚਾਬੀਆਂ ਬਣਾਉਣ ਦੇ $400 ਆਪ ਜੀ ਨੂੰ ਬੇਨਤੀ ਆ ਵੀ ਆਪਦਾ ਸਮਾਨ ਇੱਥੇ ਸਾਂਭ ਕੇ ਰੱਖੋ ਨਹੀਂ ਤਾਂ ਬਹੁਤ ਮਹਿੰਗਾ ਪੈਂਦਾ ਯਾਰ ਕਨੇਡਾ 'ਚ ਬੜਾ ਮਹਿੰਗਾ ਪੈਂਦਾ ਕਿਉਂਕਿ ਟੋ ਕਰਾਇਆ ਟੋ ਦੇ ਪੈਸੇ ਲੱਗੇ ਫਿਰ ਚਾਬੀ ਬਣਾਈ ਉਹਨਾਂ ਨੇ ਪ੍ਰੋਗਰਾਮਿੰਗ ਕੀਤੀ ਉਹਨਾਂ ਦੇ ਪੈਸੇ ਲੱਗੇ ਫਿਰ ਆ ਚਾਬੀਆਂ ਦਿੱਤੀਆਂ ਹਨ ਦੋ ਚਾਬੀਆਂ ਬਣਾਈਆਂ ਇਹਨਾਂ ਦੇ ਪੈਸੇ ਲੱਗੇ ਟੈਕਸ ਟੁਕਸ ਪਾ ਕੇ $400 ਸਾਰਾ ਟੋਟਲੀ $400 ਦਾ ਖਰਚਾ ਆਇਆ ਮੇਰੇ ਉੱਤੇ ਸਾਂਭ ਕੇ ਰੱਖੋ
ਚੱਲਦੀ ਆ ਗਈ। ਵਲੌਗ ਵਧੀਆ ਲੱਗਿਆ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਘਰੇ ਆ ਗਏ ਆਪਾਂ, ਹੁਣ ਮੈਂ ਕੰਮ 'ਤੇ ਜਾਣਾ। ਬਸ ਇੱਦਾਂ ਹੀ ਪਿਆਰ ਦਿੰਦੇ ਰਹੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।